ਲੋ ਜੀ ਅੱਜ ਨਾਸ਼ਤਾ ਤੇ ਬਣ ਗਿਆ ਆਪਣੇ ਆਪ ਹੀ ਆਪਣੇ ਆਪ ਬਣ ਗਿਆ ਤੇ ਮੈਂ ਜਿਹੜਾ ਇਹ ਖਾਣਾ ਜੇ ਪਤਾ ਕਿੱਥੇ ਬੈਠ ਕੇ ਮੈਂ ਆਪਣੇ ਬੈੱਡ 'ਚ ਬੈਠ ਕੇ ਮੈਂ ਨਹੀਂ ਖਾਣਾ ਮੇਜ਼ ਮੂਜ਼ 'ਤੇ ਚਲੋ ਜੀ ਚੱਲੀਏ ਬੈੱਡ 'ਚ ਲਓ ਜੀ ਜੇ ਨਿੰਬੂ ਦਾ ਹੋਵੇ ਅਚਾਰ ਅਤੇ ਨਾਲ ਹੋਵੇ ਵਿੱਚ ਜੁਆਇਨ ਐਡੀ ਸਾਰੀ ਅਤੇ ਖਾਣ ਦਾ ਮਜ਼ਾ ਆ ਜਾਂਦਾ ਕਿਉਂ ਜੀ ਅਸੀਂ ਤਾਂ ਖਾਣੀ ਹੈ ਦੇਸੀ ਰੋਟੀ ਮੈਂ ਨਾ ਅੱਜ ਸੋਚਿਆ ਵੀ ਤੁਹਾਨੂੰ ਵੀਡੀਓ ਬਣਾ ਕੇ ਦੇਣੀ ਹੈ ਕੜੀ ਵਾਲੀ ਅਤੇ ਕੜੀ ਅਤੇ ਚਾਵਲ ਅਤੇ ਪਹਿਲਾਂ ਜਿਹੜੀ ਹੈ ਨਾ ਰੋਟੀ ਦੇਸੀ ਆਪਣੀ ਮਜ਼ੇ ਨਾਲ ਇੱਥੇ ਬਹਿ ਖਾਵਾਂਗੇ ਅੰਕਲ ਕਹਿੰਦੇ ਮੈਂ ਉੱਧਰ ਖਾਣੀ ਹੈ ਮੈਂ ਕਿਹਾ ਮੈਂ ਇੱਧਰ ਖਾਣੀ ਹੈ ਸਾਡਾ ਨਾ ਪੁੱਠਾ ਪਾਸਾ ਹੀ ਚੱਲਦਾ ਜ਼ਿਆਦਾ ਆਉਂਦਾ ਮੈਨੂੰ ਬੈੱਡ ਚ ਖਾ ਕੇ ਜੋ ਮਜ਼ਾ ਹੈ ਨਾ ਉਹ ਕੁਰਸੀ ਮੇਜ਼ ਤੇ ਕਿੱਥੇ ਹੈ ਦੇਸੀ ਚੀਜ਼ਾਂ ਦੇਸੀ ਢੰਗ ਨਾਲ ਖਾਓ ਤੇ ਮਜ਼ਾ ਆ ਜਾਂਦਾ ਥੱਲੇ ਬੈਠ ਕੇ ਖਾਣ ਦਾ ਮਤਲਬ ਇੱਕੋ ਡੌਂਗਾ ਹੁੰਦਾ ਸੀ ਤੇ ਉਹਦੇ ਵਿੱਚ ਸਾਰੇ ਲਾ ਕੇ ਖਾਂਦੇ ਸੀ ਚੁੱਲ੍ਹੇ ਮੂਹਰੇ ਬਹਿ ਕੇ ਵੀ ਖਾਂਦੇ ਸੀ ਮੇਰੀ ਭੈਣ ਹੈ ਜਿਹੜੀ ਨਾ ਅਸੀਂ ਉੱਥੇ ਛੱਡ ਆਏ ਵਜੇ ਤੇ ਰੋਮਾ ਨੂੰ ਰੋਮਾ ਜਿਹੜੀ ਹੈ ਨਾ ਇੱਧਰ ਬੇਟਾ ਤੇ ਕੀ ਉਹਦਾ ਨਾਂ ਉਹ ਉੱਥੇ ਯਮੁਨਾਨਗਰ ਰਹਿ ਗਈ ਤੇ ਹੁਣ ਦੇਖੋ ਵੀ ਉਹ ਜੋਬ ਵੀ ਕਰਦੀ ਸੀ ਭਾਂਡੇ ਮਾਂਜਣੇ ਪੈਂਦੇ ਧੋਣੇ ਪੈਂਦੇ ਉਹ ਪਤਾ ਕੀ ਕਹਿੰਦੀ ਸੀ ਡੈਡੀ ਪਹਿਲਾਂ ਖਾਂਦੇ ਸੀ ਡੈਡੀ ਖਾ ਲੈਂਦੇ ਸੀ ਤਾਂ ਕਹਿੰਦੀ ਸੀ ਮੰਮੀ ਤੁਸੀਂ ਦੋ ਮਿੰਟ ਰੁਕ ਜਾਓ ਇਸੇ ਥਾਲੀ 'ਚ ਜਾਵਾਂਗੀ ਜੇ ਭਾਂਡੇ ਮਾਂਜ ਲੈਣਾ ਪੈ ਸੋ ਦੈਟ ਇੱਦਾਂ ਵੀ ਹੁੰਦਾ ਕਿ ਜੋ ਇੱਥੇ ਬਹਿ ਕੇ ਖਾਣ ਦਾ ਮਜ਼ਾ ਹੈ ਨਾ ਰੋਟੀ ਤਾਂ ਬਣਾਈਏ ਘਰ ਦੀ ਕਸੂਰੀ ਮੇਥੀ ਜਿਹੜੀ ਥੱਲੇ ਲੱਗੀ ਹੋਈ ਹੈ ਉਹਦੇ ਨਾਲ ਜਿਹੜਾ ਕਹਿੰਦਾ ਢੋਂ ਲਾਵਾਂ ਤੁਹਾਨੂੰ ਮੈਂ ਕੱਲ੍ਹ ਦੱਸ ਰਹੀ ਸੀ ਨਾ ਬੈੱਡ ਚਾਹੀਦੇ ਨੇ ਇਹੋ ਜਿਹੇ ਸਲਾਂਟਿੰਗ ਇਹ ਬੈੱਡ ਸਲਾਂਟਿੰਗ ਨੇ ਇਹ ਤਾਂ ਬਹਿਣ 'ਚ ਜੋ ਆਨੰਦ ਹੈ ਨਾ ਉਹ ਕਿਤੇ ਹੋਰ ਆਉਂਦਾ ਨਹੀਂ ਮੇਥੀ ਵਾਲੀ ਮੱਕੀ ਦੀ ਰੋਟੀ ਮੱਖਣ ਤਾਜ਼ਾ ਤਾਜ਼ਾ ਨਾਲ ਨਿੰਬੂ ਦਾ ਅਚਾਰ ਅਜੇ ਥੋੜਾ ਖੜਮਾ ਹੈ ਪਰ ਸਵਾਦ ਬਹੁਤ ਹੈ ਬੜਾ ਸੋਚਿਆ ਇਹ ਖਾਓ ਉਹ ਖਾਓ ਉਹ ਖਾਓ ਅਖੀਰ ਮੈਂ ਕਿਹਾ ਮੱਕੀ ਦੀ ਰੋਟੀ ਦਾ ਮਹੀਨਾ ਕੋਈ ਖਾਣ ਨੂੰ ਮਿਲਦੀ ਹੈ ਹੋਰ ਇਸ ਤੋਂ ਬਾਅਦ ਬਾਜਰੇ ਦੀ ਰੋਟੀ ਭੁੱਲੀ ਗਏ ਆਪਾਂ ਬਾਜਰਾ ਤੁਸੀਂ ਲਿਆਂਦੇ ਨੀ ਮੈਂ ਕੀ ਕਰਾਂ ਨਾ ਜੀ ਪੱਕਾ ਲਓ ਚਾਹ ਦੀਆਂ ਚੁਸਕੀਆਂ ਨਾਲ ਮੇਥੀ ਵਾਲੀ ਮੱਕੀ ਦੀ ਰੋਟੀ ਬਾਏ ਵਾਹ ਉਹ ਵੀ ਬਣੀ ਬਣਾਈ ਹੋ ਨੇ ਹਾਂ ਵੀ ਤੁਸੀਂ ਸਾਡੀ ਕੁਕਿੰਗ ਨੂੰ ਨਾ ਸੌਖੀ ਕਰਤਾ ਸੁਖਾਲਾ ਬਣਾਤਾ ਵੀ ਘਰ 'ਚ ਜੋ ਕੁਝ ਜਾਂਦਾ ਵੀ ਆਹ ਬਣਾ ਲਓ ਆਹ ਬਣਾ ਲਓ ਮਤਲਬ ਉਹਦੇ 'ਚ
ਮਤਲਬ ਸੋਚਣਾ ਨੀ ਪੈਂਦਾ ਵੀ ਕੀ ਬਣਾਈਏ, ਸੌਖਾ ਕਰਦਾ। ਚੀਜ਼ਾਂ ਨੀ ਇਕੱਠੀਆਂ ਕਰਨੀਆਂ ਪੈਂਦੀਆਂ, ਜੋ ਕੁਝ ਹੈਗਾ। ਫਰਿੱਜ ਖੋਲ ਲਓ, ਬਹੁਤਾ ਨਿੱਕ ਸੁੱਖ ਨੀ ਇਕੱਠਾ ਕਰਨਾ ਪੈਂਦਾ। ਮੈਂ ਕਹਿੰਦੀ ਹਾਂ ਫਰਿੱਜ ਖੋਲ ਲਓ, ਫਰਿੱਜ ਦੇ ਵਿੱਚ ਜੋ ਹੈਗਾ ਉਹਨੂੰ ਬਣਾ ਲਓ। ਸਿੱਧੂ ਜੀ ਗੱਲ ਹੈ, ਮੈਂ ਤਾਂ ਅਕਸਰ ਕਰਿਆ ਹੁਣ ਵੀ ਜਿੱਦਾਂ ਨਾ ਤੇਰੇ ਤੱਕ ਅੱਜ ਕੀ ਬਣਾਈ, ਅੱਜ ਕੁਛ ਨੀ ਕਰੇ, ਸਬਜ਼ੀ ਨੀ ਕੁਛ ਨੀ ਆ। ਉਸ ਦਿਨ ਸਭ ਤੋਂ ਵਧੀਆ ਰੋਟੀ ਬਣਦੀ ਹੈ, ਸਵਾਦ ਰੋਟੀ ਖਾਣ ਵਾਸਤੇ ਰੰਗ ਦੇਖੋ ਕਿੰਨਾ ਨੈਚੁਰਲ ਕਰਦੇ ਨਿੰਬੂ ਦਾ ਆਪਣੇ। ਇਹ ਬਾਰਾਂ ਮਾਸੀ ਜਿਨ੍ਹਾਂ ਚ ਬੀਜ ਨੀ ਹੁੰਦੇ, ਘੱਟ ਹੁੰਦੇ ਘੱਟ ਹੁੰਦੇ, ਕਿਸੇ ਕਿਸੇ ਵਿੱਚ ਹੁੰਦਾ, ਕਿਸੇ ਕਿਸੇ ਵਿੱਚ ਨਹੀਂ ਹੁੰਦਾ। ਲਓ ਜੀ ਫਿਰ ਹੁਣ ਦੁਪਹਿਰੇ ਖਾਣੀ ਹੈ ਤੇ ਕੜੀ ਤੇ ਚਾਵਲ। ਚਲੋ ਖਾਣੀ ਹੈ ਕੜੀ ਤੇ ਚਾਵਲ, ਇਹਨੂੰ ਨਾ ਥੋੜ੍ਹਾ ਖਾਓ, ਠੀਕ ਹੈ। ਡੇਢ ਡੇਢ ਖਾਂਦੇ ਹਾਂ, ਇੱਕ ਪਹਿਲਾਂ ਖਾ ਲਈਏ ਅਤੇ ਅੱਧੀ ਅੱਧੀ ਹੋਰ ਲੈ ਲੈਂਦੇ ਹਾਂ, ਅਤੇ ਫਿਰ ਦੁਪਹਿਰੇ 2 ਵਜੇ ਨਾ ਉਹ ਖਾਈਏ ਤਾਂ ਮਜ਼ਾ ਆਏਗਾ, ਠੀਕ ਹੈ ਨਾ। ਠੀਕ ਹੈ, ਹਾਂ ਲੇਟ ਨਹੀਂ ਨਾ ਅੱਜ ਜ਼ਿਆਦਾ ਹੈਗੇ, ਹੈ ਤਾਂ ਲੇਟ ਹੀ ਹੈ ਵੈਸੇ, ਪਰ ਚਲੋ ਕੋਈ ਗੱਲ ਨਹੀਂ, ਬੱਚਿਆਂ ਦੇ ਨਾਲ ਮਿਲ ਕੇ ਖਾਵਾਂਗੇ, ਬਹੁਤ ਇੰਜੋਏ ਕਰਾਂਗੇ। ਤੁਸੀਂ ਵੀ ਖਾ ਸਕਦੇ ਹੋ, ਪਕਾ ਸਕਦੇ ਹੋ, ਖਾ ਸਕਦੇ ਹੋ, ਵਿੱਚ ਰਜਾਈ ਦੇ ਬੈਠ ਕੇ, ਸਰਦੀ ਦਾ ਵੇਲਾ ਧੁੱਪੇ ਬੈਠ ਕੇ ਖਾਧੀ ਜਾ ਸਕਦੀ ਹੈ, ਵਾਈ ਨੋਟ ਇਨ ਰਜਾਈ। ਬਹੁਤ ਸਾਰਾ ਆਨੰਦ ਲਵੋ, ਖੁਸ਼ ਰਹੋ, ਆਬਾਦ ਰਹੋ, ਯਹਾਂ ਰਹੋ ਯਾ ਇਲਾਹਾਬਾਦ ਰਹੋ। ਸ਼ੁਕਰੀਆ, ਮਿਹਰਬਾਨੀ।